ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ 'ਚ ਜ਼ਿਆਦਾ ਗੈਰ ਹਾਜ਼ਰੀ 'ਤੇ ਆਮ ਆਦਮੀ ਪਾਰਟੀ ਨੇ ਵੱਡਾ ਹਮਲਾ ਬੋਲਿਆ ਹੈ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਮੁਤਾਬਕ ਮੁੱਖ ਮੰਤਰੀ ਨਾ ਤਾਂ ਖੁਦ ਪੰਜਾਬ ਵਿੱਚ ਰਹਿੰਦੇ ਹਨ ਅਤੇ ਨਾ ਹੀ ਉਹਨਾਂ ਦੇ ਮੰਤਰਾਲਿਆਂ ਦੀ ਵੰਡ ਕੀਤੀ ਹੈ। ਇਸ ਲਈ ਪੰਜਾਬ ਨੂੰ ਅਫਸਰ ਲੋਕ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਹਨ। ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ਦੇ ਉਸ ਨਾਅਰੇ 'ਤੇ ਵੀ ਵਿਅੰਗ ਕੱਸਿਆ ਹੈ ਜਿਸ 'ਤੇ ਲਿਖਿਆ ਗਿਆ ਸੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਉਹਨਾਂ ਕਿਹਾ ਕਿ ਇਹ ਮਿਟਾ ਕੇ ਹੁਣ ਇਹ ਲਿਖ ਦੇਣਾ ਚਾਹੀਦਾ ਹੈ, ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਆਪਣੇ ਹੱਕ ਮੰਗਣੇ, ਇਹੀ ਕੈਪਟਨ ਸਾਹਿਬ ਖੁਦ ਵੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮੂਹਰੇ ਧਰਨਾ ਦਿੰਦੇ ਰਹੇ ਨੇ, ਚਾਹ ਪੀ ਕੇ ਆਉਂਦੇ ਰਹੇ ਨੇ, ਉੱਥੇ ਬਿਸਕੁਟ ਖਾ ਕੇ ਆਉਂਦੇ ਰਹੇ ਨੇ, ਠੀਕ ਹੈ ਨਾ। ਅਤੇ ਇਹੀ ਕੈਪਟਨ ਸਾਹਿਬ ਹਲਕੇ ਵਿੱਚ ਕੈਪਟਨ ਨਾਂ ਦੇ ਪ੍ਰੋਗਰਾਮ ਦੇ ਵਿੱਚ ਵੀਡੀਓ ਪਈ ਹੈ ਜਿਹਦੀ, ਉਹ 'ਚ ਕਹਿ ਰਹੇ ਨੇ ਕਿ ਮੈਂ ਇੱਕ ਵੀ ਕਿਸਾਨ ਨੂੰ ਮਰਨ ਨਹੀਂ ਦੇਊਂਗਾ। ਇਹ ਨਿਕੰਮੀ ਸਰਕਾਰ ਹੈ, ਅਕਾਲੀ ਸਰਕਾਰ ਜਿਹੜੀ ਅੰਨਦਾਤੇ ਨੂੰ ਜਿਹੜੇ ਭੁੱਖਾ ਮਾਰ ਰਹੀ ਹੈ। ਅਤੇ ਮੈਂ ਸਾਰੇ ਕਰਜ਼ੇ ਮਾਫ਼ ਕਰੂੰਗਾ, ਆੜ੍ਹਤੀਆਂ ਨਾਲ ਅਸੀਂ ਆਪੀ ਗੱਲ ਕਰਾਂਗੇ, ਬੈਂਕਾਂ ਨਾਲ ਵੀ ਆਪੀ ਗੱਲ ਕਰਾਂਗੇ, ਠੀਕ ਹੈ ਨਾ। ਤਾਂ ਫਿਰ ਹੁਣ ਉਹ ਵਾਅਦੇ ਕਿੱਧਰ ਗਏ? ਘਰ ਘਰ ਨੌਕਰੀ ਦੇਣ ਦੇ ਪ੍ਰੋਗਰਾਮ ਕਿੱਧਰ ਗਏ? ਇਹ ਤਾਂ ਹੁਣ ਤਾਂ ਕਿਸਾਨਾਂ ਦਾ ਪ੍ਰੋਗਰਾਮ ਹੈ, ਇਹਦੂ ਪਹਿਲਾਂ ਸਟੂਡੈਂਟਾਂ ਨੇ ਵੀ ਉੱਧਰ ਨੂੰ ਕੂਚ ਕੀਤਾ ਸੀ। ਸਾਰਾ ਪੰਜਾਬ ਹੁਣ ਮੋਤੀ ਮਹਿਲ ਨੂੰ ਕੂਚ ਕਰੂਗਾ, ਪਰ ਮਹਿਲ ਤਾਂ ਖਾਲੀ ਪਿਆ, ਉਹ ਤਾਂ ਹੈ ਹੀ ਨਹੀਂ ਇੱਥੇ, ਉਹ ਤਾਂ ਚੰਡੀਗੜ੍ਹ ਵੀ ਨਹੀਂ ਲੱਭਦੇ। 6 ਮਹੀਨੇ ਹੋ ਗਏ ਗੌਰਮੈਂਟ ਬਣੀ ਨੂੰ, 6 ਮਹੀਨੇ 'ਚ 6 ਵਾਰ ਵੀ ਕੈਪਟਨ ਸਾਹਿਬ ਪੰਜਾਬ 'ਚ ਨਹੀਂ ਆਏ, 1 ਮਹੀਨੇ 'ਚ 1 ਵਾਰ ਦੀ ਐਵਰੇਜ ਵੀ ਨਹੀਂ ਦੇ ਰਹੇ ਉਹ। ਅਤੇ ਪੰਜਾਬ ਦਾ ਹਜੇ ਤੱਕ ਖੇਤੀ ਮੰਤਰੀ ਨਹੀਂ ਹੈਗਾ, ਕੌਣ ਹੈ? 6 ਮਹੀਨੇ ਹੋ ਗਏ ਸਰਕਾਰ ਬਣਨੂੰ, ਪੰਜਾਬ ਦਾ ਖੇਡ ਮੰਤਰੀ ਕੌਣ ਹੈ? ਪੰਜਾਬ ਦਾ ਐਕਸਾਈਜ਼ ਮਿਨਿਸਟਰ ਕੌਣ ਹੈ? ਸਾਰੇ ਮਹਿਕਮੇ ਆਪਦੇ ਕੋਲ ਰੱਖੇ ਨੇ, ਆਪ ਗੈਰ ਹਾਜ਼ਰ ਨੇ, ਬਾਬੂ ਚਲਾ ਰਹੇ ਨੇ। 80% ਗੌਰਮੈਂਟ ਅਫਸਰਸ਼ਾਹੀ ਚਲਾ ਰਹੀ ਹੈ, ਉਹ ਆਪਦੀ ਮਰਜ਼ੀ ਨਾਲ ਚਲਾ ਰਹੇ ਨੇ। ਬਾਕੀ ਕੰਧਾਂ ਦੇ ਉੱਤੇ ਜਿਹੜਾ ਹਜੇ ਵੀ ਲਿਖਿਆ ਹੋਇਆ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਪਰ ਉਹਨੂੰ ਬਦਲ ਕੇ ਹੁਣ ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਰਨਾ ਪਊਗਾ, ਕਿਉਂਕਿ ਸਾਰੇ ਵਾਅਦੇ ਜਿਹੜੇ ਨੇ ਉਹ ਮੁੱਕਰ ਗਏ ਉਹਨਾਂ ਤੋਂ। ਗੁਰਦਾਸਪੁਰ ਜਿਮਨੀ ਚੋਣ ਨੂੰ ਲੈ ਕੇ ਵਿਜੇ ਸਾਂਪਲਾ ਕਹਿ ਰਹੇ ਵੀ ਆਮ ਆਦਮੀ ਪਾਰਟੀ ਦੇ ਕੋਈ ਵਜੂਦ ਨਹੀਂ, ਜਿਹੜੀ ਸੀਟ ਇਹ ਭਾਜਪਾ ਦੇ ਝੋਲੀ ਜੀ ਪਊਗੀ, ਕੀ ਕਹਿਣਾ? ਕਿਹਨਾਂ ਨੇ ਕਿਹਾ? ਵਿਜੇ ਸਾਂਪਲਾ, ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ। ਇਹੀ ਗੱਲ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ ਇਹ ਤਾਂ ਪਾਣੀ ਦਾ ਬੁਲਬੁਲਾ ਸੀ, ਇਹ ਤਾਂ ਪਤਾ ਨਹੀਂ ਖਤਮ ਹੋ ਗਏ, ਇਹ ਤਾਂ ਨਕਸਲੀ ਨੇ, ਇਹ ਤਾਂ ਪਤਾ ਨਹੀਂ ਕੀ ਇਲਜ਼ਾਮ ਲਾਏ ਨੇ। ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ, ਖਾਸ ਤੌਰ 'ਤੇ ਸਾਂਪਲਾ ਸਾਹਿਬ, 2007 ਦੇ ਵਿੱਚ 23 ਸੀਟਾਂ ਆਈਆਂ ਸੀ ਬੀਜੇਪੀ ਨੂੰ ਵਿਧਾਨ ਸਭਾ 'ਚ, 2012 'ਚ 13 ਆਈਆਂ ਸੀ, 2017 'ਚ 3 ਆਈਆਂ ਨੇ। ਹੁਣ ਤੁਸੀਂ ਦੱਸ ਦਿਓ ਵਜੂਦ ਕਿਹਦਾ ਖਤਮ ਹੋ ਰਿਹਾ? ਆਮ ਆਦਮੀ ਪਾਰਟੀ 2012 'ਚ ਬਣੀ ਹੈ ਅਤੇ 0 ਤੋਂ 22 'ਤੇ ਆਈ ਹੈ, ਠੀਕ ਹੈ ਨਾ। ਸੋ ਇਹਨਾਂ ਦੇ ਕਹਿਣ ਨਾਲ ਕੋਈ ਪਾਣੀ ਦਾ ਬੁਲਬੁਲਾ ਨਹੀਂ ਹੁੰਦਾ। ਲੋਕਤੰਤਰ 'ਚ ਲੋਕ ਵੱਡੇ ਨੇ, ਪਬਲਿਕ ਹੈ ਜਿਹੜੀ, ਉਹ ਫੈਸਲਾ ਕਰੂਗੀ। ਅਸੀਂ ਜ਼ੋਰ ਸ਼ੋਰ ਨਾਲ ਇੱਕ ਟੀਮ ਦੇ ਤੌਰ 'ਤੇ ਗੁਰਦਾਸਪੁਰ ਦੀ ਇਲੈਕਸ਼ਨ ਲੜਾਂਗੇ। ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ, ਪੰਜਾਬ ਟੂਡੇ।